ਵਾਲਕ ਸਲਾਮ ਨਾਨਾ ਸਾਹਿਬ ਕੀ ਹਾਲ ਚਾਲ ਅੱਲਾ ਦਾ ਸ਼ੁਕਰ ਹੈ ਤੁਸੀਂ ਹੋਰ ਸੁਣਾਓ ਸਿਹਤ ਦਾ ਕੀ ਹਾਲ ਚਾਲ ਆ ਸਿਹਤ ਦਾ ਮਾਮਾ ਤੂੰ ਮੈਨੂੰ ਹਸਪੀਟਲ ਵੇਖ ਲਿਆ ਤੂੰ ਮਾਮਾ ਸਿਹਤ ਦਾ ਡੇਲੀ ਪੁੱਛਦਾ ਰਹਿੰਦਾ ਸੁਣਾ ਮਿਰਚ ਵੈਗਣ ਵੱਜੀ ਆ ਮਾਮਾ ਤੂੰ ਜਾਂ ਮੈਂ ਹਸਪੀਟਲ ਐਡਮਿਟ ਬੈਠਾ ਜਾਂ ਮੈਂ ਨਰਸਾਂ ਨਾਲ ਵੇਖ ਰਿਹਾ ਤੂੰ ਜਾਂ ਡਾਕਟਰ ਦੀ ਗੱਡੀ 'ਚ ਵੇਖ ਰਿਹਾ ਮੈਨੂੰ ਜਾਂ ਤੂੰ ਹਸਪੀਟਲ ਦੀਵਾਰ 'ਤੇ ਚੜਿਆ ਵੇਖ ਲਿਆ ਮੈਨੂੰ ਜਾਂ ਡਾਕਟਰ ਦਾ ਟੀਕਾ ਫੜਿਆ ਵੇਖ ਰਿਹਾ ਮੈਨੂੰ ਕਿੱਥੇ ਵੇਖ ਲਿਆ ਮਾਮਾ ਤੂੰ ਡੇਲਾ ਹਾਲ ਹੋ ਜਾ ਸਿਹਤ ਦਾ ਹੀ ਨਾ ਤੇਰੀ ਸਿਹਤ ਦਾ ਕੀ ਹਾਲ ਚਾਲ ਆ ਸਿਹਤ ਬਸ ਗੁਜ਼ਾਰਾ ਹੁਣ ਦਵਾਈ ਖਾ ਰਿਹਾ ਡਾਕਟਰ ਨੇ ਕਿਹਾ ਦਵਾਈ ਖਾਣੀ ਆ ਦੋ ਦਿਨ ਛੱਡ ਕੇ ਦੋ ਦਿਨ ਭੱਜ ਗਏ ਡਾਕਟਰ ਕਹਿੰਦਾ ਦੋ ਦਿਨ ਛੱਡ ਕੇ ਦੋ ਦਿਨ ਭੱਜ ਗਏ ਇੱਕ ਦਿਨ ਖਲੋਗੇ ਇਹ ਦਵਾਈ ਖਾਣੀ ਆ ਮੈਂ ਕਿਹਾ ਭੱਜ ਕੇ ਕਿਵੇਂ ਕਹਿੰਦਾ ਐਵੇਂ ਕੈਸ਼ ਕਰਕੇ ਖਾਣਾ ਮੂੰਹ ਫੜ ਕੇ ਇਵੇਂ ਖਾਣੀ ਆ ਮੈਂ ਡਾਕਟਰ ਸਾਹਿਬ ਉੱਥੋਂ ਨਸਾਇਆ ਮੈਂ ਯਾਰ ਛੱਡ ਯਾਰ ਇੱਕ ਪਠਾਨ ਮਿਲਿਆ ਮੈਂ ਖਾਨ ਸਾਹਿਬ ਕੀ ਹਾਲ ਨੇ ਖਾਨ ਸਾਹਿਬ ਗੱਡੀ 'ਚੋਂ ਨਿਕਲਿਆ ਮੈਂ ਖਾਨ ਸਾਹਿਬ ਤੇਰੇ ਤੇ ਖੂਨ ਨਿਕਲਿਆ ਖੈਰ ਹੋਵੇ ਯਾਰ ਮੈਡਮ ਗਾਡੀ ਮੈਂ ਬੈਠਾ ਤਾ ਮਾਰਾ ਉਹ ਕੀ ਲੱਗਤਾ ਰਾਖੀ ਮੈਂ ਕਿਹਾ ਯਾਰ ਗੱਡੀ 'ਚ ਬੈਠਾ ਸੀ ਚਲੋ ਤੂੰ ਸੀਟ ਬਦਲ ਲੈਣੀ ਸੀ ਕਿਸੇ ਨਾਲ ਕਹਿੰਦਾ ਯਾਰ ਕਿਆ ਕਰਤਾ ਪੂਰੀ ਵੈਗਨ ਹੀ ਖਾਲੀ ਥਾ ਮੈਂ ਖਾਨ ਸਾਹਿਬ ਚੱਲ ਛੱਡ ਯਾਰ ਮੈਂ ਖਾਨ ਸਾਹਿਬ ਅਤੇ ਹੋਰ ਬਸ ਅਤੇ ਬਸ ਫਿਰ ਮੈਂ ਸ਼ੇਖ ਟੱਕਰ ਗਿਆ ਸ਼ੇਖ ਸਾਹਿਬ ਦੇ ਘਰ ਖੁਸਰੇ ਨੱਚਣ ਡੇ ਮੈਂ ਕਿਹਾ ਸ਼ੇਖ ਸਾਹਿਬ ਖੈਰ ਹੋਵੇ ਕਹਿੰਦਾ ਯਾਰ ਬਸ ਬੱਚਾ ਪੈਦਾ ਹੋਇਆ ਖੁਸਰੇ ਆਏ ਮੈਂ ਖੁਸਰੇ ਕੀ ਹੋਇਆ ਕਹਿੰਦਾ ਯਾਰ ਹੱਥੋਂ ਸਾਡੇ ਪੈਸੇ ਖੋਲੇ ਮੈਂ ਕਿਉਂ ਕਹਿੰਦਾ ਯਾਰ ਇੱਕ ਡਾਂਸ ਕੀਤਾ ਮੈਂ ਉਹਨੂੰ ਕਿਹਾ ਯਾਰ ਮੈਨੂੰ ਪੈਸੇ ਦਿਓ ਕਹਿੰਦਾ ਕਿੰਨੇ ਪੈਸੇ ਬਣਦੇ ਕੋਈ ਪੈਸੇ ਨਹੀਂ ਜਿੰਨਾ ਤੂੰ ਡਾਂਸ ਕੀਤਾ ਸੀ ਉਨਾ ਡਾਂਸ ਅਸੀਂ ਕਰ ਲਾਂਗੇ ਪੈਸੇ ਹਿਸਾਬ ਬਰਾਬਰ ਉੱਥੋਂ ਨਿਕਲ ਆਏ ਮੈਂ ਫਿਰ ਇਸ ਤਰ੍ਹਾਂ ਨਿਕਲ ਆਇਆ ਫਿਰ ਖਾਨ ਸਾਹਿਬ ਫਿਰ ਮਿਲੇ ਇਸ ਤਰ੍ਹਾਂ ਮਾਸ਼ਾਅੱਲਾ ਹਾਂ ਹੋਰ ਇਹਦਾ ਮਤਲਬ ਯਾਨੀ ਕਿ ਹੁਣ ਤੁਸੀਂ ਦੋ ਦਿਨ ਨਸ ਕੇ ਦਵਾਈ ਖਾਣੀ ਹੁਣ ਦੱਸੇ ਜਾਣਾ ਤਾਂ ਮੂੰਹ 'ਚ ਐਵੇਂ ਗੋਲੀ ਪਾਉਣੀ ਹੈ ਹਾਂ ਐਵੇਂ ਭੱਜ ਗਈ ਪੈ ਗਈ ਨਹੀਂ ਤਾਂ ਨਾ ਪਏ ਤੁਸੀਂ ਬਿਮਾਰੇ ਰਹਿਣਾ ਡਾਕਟਰ ਕਹਿੰਦਾ ਡਾਕਟਰ ਪਤਾ ਨਹੀਂ ਕਿਵੇਂ ਦਾ ਡਾਕਟਰ ਸੀ ਮੈਨੂੰ ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਕਾਂਬਾ ਲੱਗਦਾ ਉਹਨਾਂ ਸਵੈਟਰ ਲਿਖ ਕੇ ਦਿਓ ਕਹਿੰਦਾ ਦੋ ਸਵੈਟਰ ਪਾਉਣੇ ਆ ਮੈਂ ਕਿਹਾ ਵਾਹ ਜੀ ਵਾਹ ਅਤੇ ਮੈਂ ਹੋਰ ਡਾਕਟਰ ਸਾਹਿਬ ਨੂੰ ਕਿਹਾ ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਭੁੱਖ ਨਹੀਂ ਲੱਗਦੀ ਕਹਿੰਦਾ ਚੰਗੀ ਗੱਲ ਆ ਤੂੰ ਆਪਣੀ ਰੋਟੀ ਮੈਨੂੰ ਦੇ ਜਾ ਕਰ ਹਾਂ ਅਤੇ ਮੈਂ ਕਿਹਾ ਡਾਕਟਰ ਸਾਹਿਬ ਯਾਰ ਛੱਡ ਯਾਰ ਇਸ ਮਰੀਜ਼ ਨੂੰ ਫਿਰ ਡਾਕਟਰ ਸਾਹਿਬ ਪਿੰਡਾਂ ਦੇ ਡਾਕਟਰ ਬੈਠੇ ਹੁੰਦੇ ਨਾ ਮੈਂ ਪਿੰਡਾਂ ਦੇ ਡਾਕਟਰ ਕੋਲ ਚਲ ਗਿਆ ਮੈਂ ਕਿਹਾ ਡਾਕਟਰ ਸਾਹਿਬ ਮੇਰੀ ਯਾਰ ਬਾਜ਼ ਉੱਤੇ ਸੱਟ ਲੱਗੀ ਮੈਨੂੰ ਤਬੀਅਤ ਖਰਾਬ ਹੈ ਮੈਨੂੰ ਸੈੱਟ ਕਰੋ ਉਹਨਾਂ ਨਾਲ ਪੈਂਚਰ ਦੀ ਦੁਕਾਨ ਪਾਈ ਨਾਲ ਨਾਲ ਮੇਰੇ ਮਲਮ ਲਾਉਂਦਾ ਰਿਹਾ ਨਾਲ ਮੇਰਾ ਤਸਲੇ 'ਚ ਪਾਣੀ ਪਾ ਕੇ ਨਾ ਡਬਾਉਂਦਾ ਰਿਹਾ ਕਹਿੰਦਾ ਤੇਰੀ ਲੀਕ ਆ ਉੱਥੇ ਬਾਂਹ ਮੈਂ ਕਿਹਾ ਯਾਰ ਬਾਜ਼ੂ ਲੀਕ ਨੇ ਮਾਮਾ ਉੱਥੇ ਨਾ ਮੇਰਾ ਪੈਂਚਰ ਰਗੜ ਕੇ ਲਾਇਆ ਟਿਊਬ ਲਾਈ ਅਤੇ ਦੋ ਗੋਲੀਆਂ ਦਿੱਤੀਆਂ ਕੁੱਤੇ 'ਚ ਨਹੀਂ ਪੈਂਦੀਆਂ ਉਸ ਆਖਰ 'ਚ ਕੁੱਤੀਆਂ ਗੋਲੀਆਂ ਉਹ ਦੋ ਗੋਲੀਆਂ ਮੈਨੂੰ ਦਿੱਤੀਆਂ ਅੱਲਾ ਕਹਿੰਦਾ ਤੂੰ ਖਾ ਕਹਿੰਦਾ ਦੇਖੀ ਤੇਰੀ ਸਪੀਡ ਹੁਣ ਹੀ ਤੇਰੀ ਗਰਾਰੀ ਫਸਦੀ ਮੈਂ ਤੁਹਾਨੂੰ ਨਿਕਲ ਆਇਆ ਮੈਂ ਕਿਹਾ ਯਾਰ ਛੱਡ ਯਾਰ ਇਸ ਮਹੱਲੇ ਦੇ ਵਿੱਚ ਰਹਿਣੇ ਅਜ਼ਾਬ ਆ ਫਿਰ ਮੈਂ ਨਿਕਲ ਆਇਆ ਮੈਂ ਕਿਹਾ ਚਲੋ ਕੋਈ ਆਪਣਾ ਧੰਦਾ ਧੁੰਦਾ ਕਰਦੇ ਹਾਂ ਯਾਰ ਮੈਂ ਰਸੂ ਦੀ ਰੇੜੀ ਲਾ ਲਈ ਚਾਵਲਾਂ ਦੀ ਇੱਕ ਪਲੇਟ ਲਾਈ ਕੋਈ ਗਾਹਕ ਨਹੀਂ ਆਇਆ ਤੇ ਭੈਣ ਮੈਨੂੰ ਭੁੱਖ ਲੱਗੀ ਮੈਂ ਤਾਂ ਖਾ ਕੇ ਨਿਕਲ ਆਇਆ ਫਿਰ ਮੈਂ ਸੋਚਿਆ ਮੈਂ ਕਿ ਹੋਰ ਕਾਰੋਬਾਰ ਕਰਦੇ ਮੈਂ ਜੁੱਤੀਆਂ ਦੀ ਦੁਕਾਨ ਪਾਈ ਰੇੜੀ ਲਾ ਲਈ ਜੁੱਤੀਆਂ ਦੀ ਸਿਰਫ 50 ਜੁੱਤੀਆਂ ਰੱਖੀਆਂ ਜੁੱਤੀਆਂ ਰੱਖੀਆਂ ਮੇਰੀ ਕਿਸਮਤ ਮਾੜੀ ਉੱਥੇ ਲੜਾਈ ਹੋ ਗਈ ਨਾਲ ਦੀ ਉੱਥੇ ਮੇਰੀਆਂ ਜੁੱਤੀਆਂ ਚੱਲੀਆਂ ਥਾੜ 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 ਉਹ ਮੇਰੀਆਂ ਜੁੱਤੀਆਂ ਚੱਲੀਆਂ ਉੱਥੇ ਸਾਰੀਆਂ ਮੈਂ ਉੱਥੇ ਵੀ ਨਿਕਲ ਆਇਆ ਅਤੇ ਫਿਰ ਮੈਂ ਸੋਚਿਆ ਮੈਂ ਕਿ ਕੋਈ ਹੋਰ ਕਾਰੋਬਾਰ ਕਰਦੇ ਮੈਂ ਫਿਰ ਕੋਟ ਲਾਇਆ ਇੱਕ ਕੋਟ ਲਾਇਆ ਰੇੜੀ ਦੇ ਰੇੜੀ ਦੇ ਲਾਇਆ ਬਾਰਿਸ਼ ਆ ਗਈ ਮੈਂ ਕੋਟ ਪਾ ਕੇ ਘਰ ਨੂੰ ਆ ਗਿਆ ਉਹ ਮੈਂ ਇਸ ਤਰ੍ਹਾਂ ਮੇਰੇ ਕਾਰੋਬਾਰ ਕੀਤੇ ਮੈਂ ਕਿਹਾ ਚਲੋ ਅੱਜ ਕੱਲ੍ਹ ਕੀ ਕਰਦੇ ਮੈਂ ਅੱਜ ਕੱਲ੍ਹ ਵਿਹਲੇ ਹਾਂ ਜੀ ਅੱਜ ਕੱਲ੍ਹ ਵਿਹਲੇ ਹਾਂ ਬਾਰਿਸ਼ਾਂ ਠੇਕੇ 'ਤੇ ਲੈ ਕੇ ਦਿੰਦੇ ਹਾਂ ਅਸੀਂ ਹਾਂ ਹਾਂ ਬੱਕਰੀਆਂ ਛੱਡ ਦਿੱਤੀਆਂ ਬੱਕਰੀਆਂ ਛੱਡਤੀਆਂ ਜਿਨ੍ਹਾਂ ਦੀ ਹੈਗੀਆਂ ਲੈ ਕੇ ਬਾਅਦ ਚੋਰੀ ਖੋਲੀਆਂ ਸੀਗੀਆਂ ਨਾ ਅਤੇ ਹਾਂ ਅਤੇ ਹੁਣ ਅੱਜ ਕੱਲ੍ਹ ਬਸ ਕਾਰੋਬਾਰ ਦੇ ਚੱਕਰਾਂ 'ਚ ਫਿਰਦੇ ਆ ਕੋਈ ਹੈ ਤੇਰਾ ਕਾਰੋਬਾਰ ਤੂੰ ਮਾਮਾ ਮਾੜਾ ਹੋ ਜਾਂਦਾ ਖੈਰ ਹੋਵੇ ਬਸ ਵੈਸੇ ਹੀ ਮੌਸਮ ਹੋ ਜਾਂਦਾ ਗਰਮੀ ਆ ਨਾ ਗਰਮੀ ਦੀ ਵਜ੍ਹਾ ਤੋਂ ਬੰਦਾ ਥੋੜ੍ਹਾ ਜਿਹਾ ਮੈਂ ਵੀ ਇੱਕ ਦਫਾ ਮਾੜਾ ਹੋਇਆ ਡਾਕਟਰ ਕੋਲ ਗਿਆ ਡਾਕਟਰ ਕਹਿੰਦਾ ਕੁਛ ਖਾਇਆ ਕਰ ਮੈਂ ਕਿਹਾ ਇੱਕ ਬੰਦੇ ਤੋਂ 15,000 ਖਾ ਗਿਆ ਹੋਰ ਮੈਂ ਕੀ ਖਾਵਾਂ ਕਹਿੰਦਾ ਨਹੀਂ ਤੂੰ ਰੋਟੀ ਛੋਟੀ ਖਾਇਆ ਕਰ ਕੁਛ ਭਾਣ ਕੁਛ ਸਿਹਤ ਬਣਾ ਹੁਣ ਮਾਸ਼ਾਅੱਲਾ ਸਿਹਤ ਠੀਕ ਹੈ ਤੇਰੀ ਵੀ ਸਿਹਤ ਮੈਨੂੰ ਮਾੜੀ ਲੱਗਦੀ ਆ ਨਹੀਂ ਨਹੀਂ ਮੇਰੇ ਮਾਸ਼ਾਅੱਲਾ ਠੀਕ ਆ ਯਾਰ ਨਹੀਂ ਮਾੜੀ ਲੱਗਦੀ ਆ ਮਮਾ ਤੂੰ ਕੁਛ ਖਾ ਕੁਛ ਪੀ ਕੁਛ ਸਾਨੂੰ ਖਿਲਾ ਤੁਹਾਨੂੰ ਕਦੇ ਮਮਾ ਤੈਨੂੰ ਕਦੇ ਵਾਸਤੇ ਖਿਲਾਵਾਂ ਵੀ ਅਤੇ ਇੱਕ ਨਾ ਸਾਡੇ ਨਾਲ ਮੁੰਡਾ ਕੰਮ ਕਰਦਾ ਉਹ ਬੜਾ ਚਲਾਕ ਸੀ ਰਸਤੇ ਦੇ ਵਿੱਚ ਨਾ ਰਸ਼ ਲੱਗਾ ਹੋਇਆ ਕਾਫੀ ਹਜੂਮ ਅਤੇ ਕੋਈ ਦੇਖਿਆ ਕੋਈ ਬੰਦੇ ਕਹਿੰਦੇ ਕੋਈ ਮਰ ਗਿਆ ਕੋਈ ਮਰ ਗਿਆ ਉਹ ਬੜਾ ਸਿਆਣਾ ਸੀ ਕਹਿੰਦੇ ਉਹ ਮਰਿਆ ਮੇਰਾ ਆਬੂ ਹੈ ਮੇਰਾ ਆਬੂ ਹੈ ਉਹ ਦੇਖਿਆ ਤਾਂ ਖੋਤਾ ਮਰਿਆ ਪਿਆ ਸੀ ਉਹ ਮੈਂ ਕਿਹਾ ਯਾਰ ਤੇਰਾ ਵੀ ਕੋਈ ਹੱਲ ਨਹੀਂ